ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਸਦਨ ਵਿੱਚੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ 9 ਕਾਂਗਰਸੀ ਵਿਧਾਇਕਾਂ ਨੂੰ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ ਸਪੀਕਰ ਕੁਲਤਾਰ ਸੰਧਵਾ ਵੱਲੋਂ ਸਸਪੈਂਡ ਕਰ ਦਿੱਤਾ ਗਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹਨਾਂ ਨੂੰ ਸਦਨ ਵਿੱਚੋਂ ਬਾਹਰ ਕੱਢਿਆ ਗਿਆ ਸੀ, ਪਰ ਬਾਅਦ ਵਿੱਚ ਇਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਮੁਅੱਤਲ ਕੀਤੇ ਵਿਧਾਇਕਾਂ ਵਿੱਚ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਵਿੰਦਰ ਸਿੰਘ ਸਰਕਾਰੀਆ, ਹਰਦੇਵ ਸਿੰਘ ਲਾਡੀ, ਅਵਤਾਰ ਸਿੰਘ ਜੂਨੀਅਰ, ਬਰਿੰਦਰਮੀਤ ਸਿੰਘ ਪਾੜਾ, ਰਾਜਕੁਮਾਰ ਚੱਬੇਵਾਲ, ਬਿਕਰਮਜੀਤ ਸਿੰਘ ਚੌਧਰੀ ਅਤੇ ਰਾਣਾ ਗੁਰਜੀਤ ਸ਼ਾਮਿਲ ਸਨ। ਜੀ ਹਾਂ, ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਸਦਨ ਵਿੱਚੋਂ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਜੀ ਹਾਂ, ਸਦਨ ਵਿੱਚੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ ਸਮੇਤ ਜੋ ਹੈ 9 ਕਾਂਗਰਸੀ ਵਿਧਾਇਕਾਂ ਨੂੰ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਸਸਪੈਂਡ ਕਰ ਦਿੱਤਾ ਗਿਆ। ਇਹਨਾਂ ਨੂੰ ਪਹਿਲਾਂ ਸਦਨ ਚੋਂ ਬਾਹਰ ਕੱਢਿਆ ਗਿਆ ਸੀ, ਪਰ ਬਾਅਦ ਵਿੱਚ ਇਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਤੇ ਉਹਨਾਂ ਨੇ ਮਾਰਸ਼ਲਸ ਤੋਂ ਆ ਮੇਰੇ ਹਾਲਾਤ ਆ ਮਾਰਸ਼ਲ ਤੋਂ ਚਕਾ ਚਕਾ ਕੇ ਪੁਲਿਸ ਤੋਂ ਹੁਣ ਦੋਵੇਂ ਲੱਤਾਂ ਤੇ ਬਾਹਾਂ ਫੜਾ ਕੇ ਬਾਹਰ ਸਿੱਟ ਕੇ ਗਏ। ਦਿਸ ਇਜ਼ ਨਾਟ ਅ ਡੈਮੋਕ੍ਰੇਸੀ, ਦਿਸ ਇਜ਼ ਨਾਟ ਅ ਵੇ ਕਿ ਤੁਸੀਂ ਚੁਣੇ ਹੋਏ ਕਦੇ ਕਹਿੰਦੇ ਤੁਸੀਂ ਬੋਲਦੇ ਨਹੀਂ। ਅੱਜ ਬਜਟ ਤੇ ਤਿਆਰੀ ਹੈ, ਸਾਰੀ ਰਾਤ ਲੱਗ ਕੇ ਬਜਟ ਤੇ ਤਿਆਰੀ ਕੀਤੀ ਹੈ ਬੋਲਣ ਦੀ। ਔਰ ਜਿਸ ਪ੍ਰਕਾਰ ਦਾ ਸਰਕਾਰ ਦਾ ਰਵੱਈਆ ਹੈ, ਬਿਨਾਂ ਕੁਝ ਗੱਲ ਕੀਤੇ, ਬਿਨਾਂ ਕੋਈ ਤਲਖੀ ਹੋਈ, ਬਿਨਾਂ ਕਿਸੇ ਨੂੰ ਕੋਈ ਮਿਹਣਾ ਮਾਰੇ। ਔਰ ਮੈਂ ਦੋ ਤਿੰਨ ਪੁਆਇੰਟ ਤੇ ਸਰਕਾਰ ਦੀ ਤਾਰੀਫ ਵੀ ਕਰਨੀ ਸੀ, ਬਿਕੋਜ਼ ਮੈਨੂੰ ਲੱਗਦਾ ਕਿ ਸੱਚ ਬੋਲਣਾ ਜ਼ਰੂਰੀ ਹੈ ਪੰਜਾਬ ਦੇ ਲੋਕਾਂ ਨੂੰ। ਪੰਜਾਬ ਦੇ ਲੋਕਾਂ ਨੂੰ ਹਰ ਵਿਅਕਤੀ ਵੱਡੇ ਵੱਡੇ ਝੂਠ ਬੋਲ ਕੇ ਅੱਜ ਸਿਆਸਤਦਾਨਾਂ ਦਾ ਮਿਆਰ ਗਿਰ ਗਿਆ। ਇਸ ਕਰਕੇ ਪੰਜਾਬ ਦੀ ਜਿਹੜੀ ਪਬਲਿਕ ਹੈ, ਉਹਨਾਂ ਨੂੰ ਪੋਲੀਟੀਸ਼ੀਅਨਾਂ ਚ ਇੰਟਰਸਟ ਨਹੀਂ ਰਿਹਾ। ਦੇ ਵਾਂਟ ਟੂ ਲਿਸਨ ਟਰੁੱਥ, ਸੱਚ, ਕਿ ਅਗਰ ਬਜਟ ਚ ਕੋਈ ਸਰਕਾਰ ਨੇ ਚੰਗੀ ਗੱਲ ਕੀਤੀ ਹੈ ਤਾਂ ਓਪੋਜੀਸ਼ਨ ਕਦੇ ਚੰਗੀ ਗੱਲ ਕੀਤੀ ਹੈ, ਤੇ ਜਿੱਥੇ ਗਲਤ ਗੱਲ ਕੀਤੀ ਹੈ ਉਹਦੇ ਤੇ ਅਸੀਂ ਗੱਲ ਕਹੀਏ ਵੀ ਇਹਨਾਂ ਨੇ ਗਲਤ ਗੱਲ ਕੀਤੀ ਹੈ, ਗਲਤ ਅੰਕੜੇ ਪੇਸ਼। ਮੈਂ ਇਹ ਗੱਲ ਕਹੀ ਹੈ, ਮੈਂ ਕਿਹਾ ਇਹ ਕੋਈ ਕਰਿਆਨੇ ਦੀ ਦੁਕਾਨ ਨਹੀਂ ਹੈ। ਚਾਹੇ ਅਕਾਲੀਆਂ ਨੇ ਕਰਜ਼ਾ ਲਿਆ, ਲੇਕਿਨ ਕਿਸ਼ਤ ਉਹਨਾਂ ਨੂੰ ਮੋੜਨੀ ਪੈਣੀ ਹੈ। ਉਹ ਮੂਲ ਵੀ ਮੋੜਦੇ ਸਨ, ਵਿਆਜ ਵੀ ਮੋੜਦੇ ਸਨ, ਨਹੀਂ ਤਾਂ ਟ੍ਰੈਜਰੀ ਨੂੰ ਤਾਲਾ ਲੱਗ ਜੇ। ਕਾਂਗਰਸ ਨੇ ਕਰਜ਼ਾ ਲਿਆ, ਉਹ ਮੈਂ ਕਿਸ਼ਤਾਂ ਗੜਾਈਆਂ ਵੀ ਅਸੀਂ ਮੂਲ ਵੀ ਮੋੜ ਰਹੇ ਸੀ ਤੁਹਾਡੇ ਨਾਲ, ਜਾਲੇ ਵਿਆਜ ਵੀ ਮੋੜ ਰਹੇ ਸਨ, ਤੇ ਤੁਸੀਂ ਵੀ ਮੂਲ ਤੇ ਵਿਆਜ ਮੋੜ ਰਹੇ ਹੋ, ਪਰ ਕਰਜ਼ਾ ਤੁਹਾਡਾ ਵੱਧਦਾ ਜਾ ਰਿਹਾ ਹੈ। ਸਾਡਾ 75,000 ਕਰੋੜ ਰੁਪਇਆ ਤੁਹਾਡਾ 92,000-93,000 ਕਰੋੜ ਐਕਸੀਡ ਕਰ ਗਏ। ਅਗਰ ਇਸੇ ਸਪੀਡ ਨਾਲ ਵਾਧਾ ਰਿਹਾ ਤਾਂ ਕੀ ਬਣੇਗਾ? ਮੈਂ ਕੈਗ ਦੀ, ਬੈਂਕ ਆਫ ਬੜੌਦਾ ਦੀ ਰਿਸਰਚ ਦੇ ਅੰਕੜੇ ਦੇ ਰਿਹਾ ਸੀ, ਤੇ ਉਹਨਾਂ ਨੇ ਬੰਦ ਕਰਤੇ ਆ। ਕੋਈ ਕਿਸੇ ਨੂੰ ਮਾੜੀ ਸ਼ਬਦਾਵਲੀ ਨਹੀਂ, ਕਿਸੇ ਨੂੰ ਤੂੰ ਤੜਕ ਨਹੀਂ। ਬੀਏਸੀ ਦੀ ਮੀਟਿੰਗ ਦੇ ਵਿੱਚ 1.5 ਘੰਟੇ ਦੀ ਗੱਲ, ਇਸੇ ਕਰਕੇ ਸਾਰੇ ਉੱਤੇ ਖੜੇ ਹੋ ਕੇ ਉਹਨਾਂ ਨੂੰ ਉਹਨਾਂ ਦੇ ਕੋਲੇ ਗਏ ਸੀ। ਬੀਏਸੀ ਦੀ ਮੀਟਿੰਗ ਦੇ ਵਿੱਚ ਇਹ ਤੈਅ ਹੋਇਆ ਸੀ ਕਿ 1.5 ਘੰਟਾ ਓਪੋਜੀਸ਼ਨ ਦੇਵਾਂਗੇ। ਹੁਣ ਮੈਂ ਸਪੀਕਰ ਸਾਹਿਬ ਨੂੰ ਮਿਲ ਕੇ ਆਇਆ ਸੀ ਉਹਨਾਂ ਦੇ ਕਮਰੇ ਚ, ਮੈਂ, ਵਿਕਰਮ ਚੌਧਰੀ ਜੀ ਤੇ ਸਾਡਾ ਚੱਬੇਵਾਲ ਸਾਹਿਬ। ਜਦੋਂ ਅਸੀਂ ਤਿੰਨੇ ਗਏ, ਉਹਨਾਂ ਨੇ ਕਿਹਾ ਬਿਲਕੁਲ ਤੁਸੀਂ ਸਾਰੇ ਬੋਲੋ, ਮੇਰੀ ਜ਼ਿੰਮੇਵਾਰੀ ਹੈ, ਸਾਨੂੰ ਚਾਹ ਵੀ ਪਿਆਈ, ਯੂ ਕੈਨ ਆਸਕ ਸਪੀਕਰ। ਔਰ ਹੱਥ ਜੋੜ ਕੇ ਉਹ ਇਧਰਲੇ ਫੇਰ ਆ ਗਏ ਇਧਰ ਨੂੰ। ਮੈਂ ਕਿਹਾ ਅਸੀਂ ਮਾਫੀ ਮੰਗਦੇ ਤੁਹਾਡੇ ਤੋਂ, ਤੁਸੀਂ ਤਕੜੇ ਹੋ, ਸਰਕਾਰ ਵਾਲੇ ਹੋ, ਪਰ ਇਸ ਤਰ੍ਹਾਂ ਦਾ ਜਿਹੜਾ ਰਵੱਈਆ ਪੁਲਿਸ ਦਾ, 3 ਵਾਰੀ ਚੁਣੇ ਹੋਏ ਵਿਅਕਤੀ ਨੂੰ ਜਿਹੜਾ ਇਸ ਵਿਧਾਨ ਸਭਾ ਚ ਇਸ ਵਕਤ ਦੀ ਹਨੇਰੀ ਚ ਚੁਣ ਕੇ ਆਇਆ, ਇਹ ਧੱਕੇ ਮਰਾ ਕੇ ਇਹ ਸਮਝਦੇ ਕਿ ਅਸੀਂ ਪੁਲਿਸ ਤੋਂ, ਉਹ ਹੱਸ ਰਹੇ ਸਨ। ਮੈਂ ਕਿਹਾ ਹੱਸੋ ਨਾ, ਇਹ ਦਿਨ ਤੁਹਾਡੇ ਤੇ ਵੀ ਆ ਸਕਦਾ। ਨੇਮ ਕਰਕੇ ਧੱਕੇ ਮਰਾਏ ਗਏ, ਸਾਰੀ ਕਾਂਗਰਸ ਨੂੰ ਬਾਹਰ ਕੱਢਤਾ। ਅਸੀਂ ਕਹਿ ਰਹੇ ਅਸੀਂ ਬੋਲਣਾ ਚਾਹੁੰਦੇ ਆ, ਕੱਲ ਤੁਹਾਡਾ ਬਜਟ ਸੁਣਿਆ, ਹਰਪਾਲ ਚੀਮਾ ਜੀ ਨੂੰ ਸੁਣਿਆ, ਬੁੱਧ ਰਾਮ ਜੀ ਨੂੰ ਸੁਣਿਆ, ਅਸੀਂ ਸਾਰਿਆਂ ਨੂੰ ਸੁਣਿਆ, ਹੁਣ ਸਾਡੇ ਸੁਣਨ ਦੀ ਵਾਰੀ ਹੋ ਗਈ, ਕੰਮ ਖਤਮ ਹੋ ਗਿਆ। ਤੁਸੀਂ ਜੇ ਐਡੇ ਲੋਕਤੰਤਰ ਤੇ ਬਦਲਾਵ ਦੇ, 15 ਤਰੀਕ ਤੱਕ ਸੈਸ਼ਨ ਹੈ, ਇੱਕ ਦਿਨ ਚ ਬਜਟ ਸੈਸ਼ਨ ਤੇ ਬਹਿਸ ਕਿਵੇਂ ਹੋ ਸਕਦੀ ਹੈ? ਵਿੱਚੋਂ ਤੁਸੀਂ ਘੰਟੇ ਦੀ ਛੁੱਟੀ ਦੇਤੀ, ਤੁਸੀਂ ਕਹਿੰਦੇ ਪੰਜਾਬ ਦੇ ਬਜਟ ਤੇ ਕੇਵਲ 4 ਘੰਟੇ ਚ ਬਹਿਸ ਕਰੋ, ਤਿੰਨਾਂ ਚ ਇਹ ਕਿਵੇਂ ਪੋਸੀਬਲ ਹੈ? ਕਿਵੇਂ ਦੱਸਾਂਗੇ ਪੰਜਾਬ ਦੇ ਲੋਕਾਂ ਨੂੰ? ਇੱਕ ਦਿਨ ਗਵਰਨਰ ਐਡਰੈਸ ਤੇ, ਇੱਕ ਦਿਨ ਗਵਰਨਰ ਐਡਰੈਸ ਤੇ, ਪਹਿਲੀ ਵਾਰੀ ਹੋਇਆ, ਕਿਵੇਂ ਗਵਰਨਰ ਐਡਰੈਸ ਤੇ ਇੱਕ ਦਿਨ ਬਹਿਸ ਕਰੋਗੇ? ਉਹ ਇਸ ਕਰਕੇ, ਔਰ ਕੈਮਰਾ, ਅਸੀਂ ਜਦੋਂ ਬੋਲਦੇ ਹਾਂ ਕੈਮਰਾ ਦੂਰ, ਹੁਣ ਇੱਧਰ ਅਸੀਂ ਰੌਲਾ ਪਾਉਣੇ, ਜਨਤਾ ਨੂੰ ਲੱਗਦਾ ਕਿ ਆਪੋਜੀਸ਼ਨ ਦਾ ਹੈ ਹੀ ਨਹੀਂ ਹੈ, ਸਾਰੇ ਕਾਇਦੇ ਕਾਨੂੰਨ ਉਡਾ ਦਿੱਤੇ ਗਏ। ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਰਾਹੀਂ ਸਪੀਕਰ ਸਾਹਿਬ ਨੂੰ, ਪਰਮਾਨੈਂਟ ਮੈਨੂੰ ਸਸਪੈਂਡ ਕਰ ਦਿਓ।
बिकॉज मैं कह सका कि मैं अंदर जाने की इजाजत नहीं है, लेकिन इस तरह बेइज्जती ना करो। तुसी ये ना दसो भी सानू बोलना नहीं आता, थोड़े वाले नो वध बोलना आता, साडे कोले वध अंकड़े है, साडे कोले सारियां चीजां है, सारे कोल तथ्य है, पर इस तरह की जी धक्का ते जासी है नहीं चलेगी। नपिंदर जी असी क्या कि असी भाषण देना चाहे हैं, दैट इज द ओनली प्रॉब्लम। असी वेल च खड़े हैं, सानू लड़ाता सानू जिंदरा करे असी लेके पहले ही दसो ए कॉन्स्टिट्यूशन च है भी जिंदरा लिया। पता नहीं सो बजट ते छुट्टी, बजट की छुट्टी का की रेनी सी तुसी, ओ कहंदे तीन घंटे च पंजाब का 2,04,000 करोड़ का बजट जिहड़ा कर्जा भी नाल है कौन दसूगा? सारे अखबारां च लिखिया कि बजट कर्जा, पहले पेज से की लिखिया ह्यूज डेबिट आप ऑफर सोप्स, कुछ नहीं दिता ते बजट की लिखिया है। कृषि बजट 2,104 करोड़ आ लिखिया है, सिर्फ सीएम के विभागों का बजट बढ़ा, बाकी सब मंत्रियों का बजट घटा, सारा बजट घटाता। कहते 2,04,000 करोड़ रुपए का बजट, ये तो दसो भी एने कर्जा किन्ना है? रसीद बद गई है, रिसेप्ट बधी है, कहने मालवा नहर बनानी है मालवे से। मैं दसो तुसी किसी ने पूछा भी मालवा नहर का बजट कितने है? लैंड अक्वायर होगी, आइडेंटिफाई होगी, कौन अक्वायर करेगा, किसान नू जमीन कौन देगा, नहर बनाती मालवे शहर ने। ओपीएसएस से कोई स्कीम नहीं है, कोई बजट नहीं है। मैं क्या मालवा नहर की प्रपोजल ठीक लगनी नहीं लगी, और चर्चा ही नहीं हुई, एक तरफा फैसला है। मालवा नहर की प्रपोजल से चर्चा होनी चाहिए पहला, फिर और बजट एलोकेट करो भी आप 500 करोड़ रुपया से बजट रखता, डाइवर्सिफिकेशन तय 1,000 करोड़ तो 500 करोड़ रुपया करता, 500 करोड़ रुपया डाता टैग थोनू कहना कि कैपिटल एक्सपेंडिचर तुसी खर्चे ही नहीं, सब तो लोएस्ट 23वें 22वें नंबर ते पंजाब आ गया। एक टैग दी ते बैंक ऑफ बड़ौदा की रिपोर्ट है, आ चार्ट बने हैं थोनू आने क्या कि मर रहा पंजाब, चौथे इंडेक्स ते आया है, ते थोनू 24वें नंबर ते, पहले नंबर ते तेलंगाना आंध्रा ते, आ तुसी 22वें नंबर ते हो पंजाब, जिहड़ा कैपिटल एक्सपेंडिचर नहीं खर्चा गया, जां कैपिटल एक्सपेंडिचर है नहीं, वो बजट ही है। कैपिटल एक्सपेंडिचर मीन कि केड़े तुसी ऐसिया चीजा बनाती जिरे ते तुसी पैसा लाते है। दसो मेडिकल कॉलेज कोई ही, स्कूल ऑफ एमिनेंस दूजा, करी कुछी मारती। सो ये धक्का है, ये डेमोक्रेसी का कारण है, असि बोलना चाहे है, ये अन्याय है। सब्सक्राइब टू वन इंडिया चैनल एंड नेवर मिस एन अपडेट।